ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਦੇਖ ਰਹੇ ਹੋ ਪਾਕ ਪਤਨ ਐਨੀਮਲਸ ਟੀਵੀ ਤੇ ਮੈਂ ਤੁਹਾਡਾ ਵੀਰ ਮੁਹੰਮਦ ਰਿਆਜ਼। ਜਿਵੇਂ ਕਿ ਭਰਾਵਾਂ ਨੂੰ ਪਤਾ ਹੈ, ਪਾਕ ਪਤਨ ਐਨੀਮਲਸ ਟੀਵੀ ਕੰਮ ਖੜਾ ਕਰਦਾ ਹੈ ਨੀਲੀ ਤੇ। ਸਾਡੇ ਬੜੇ ਪਿਆਰੇ ਸਬਸਕ੍ਰਾਈਬਰ ਹੈ, ਸਾਡੇ ਫਾਲੋਅਰ ਹੈ ਜਨਾਬ, ਫੈਸਲਾਬਾਦ ਤੋਂ ਭਾਈ ਹੋਰੀ ਆਏ ਹਨ। ਆਹ ਵੱਡੀ ਮੱਝ ਦੀ ਵੀਡੀਓ ਲਾਈ ਸੀ ਜਨਾਬ, ਮਾਸ਼ਾਅੱਲਾ ਭਾਈ ਹੋਰੀ ਬੜੇ ਸ਼ੌਕ ਵਾਲੇ ਹਨ ਤੇ ਬੜੀ ਉਹਨਾਂ ਦੀ ਖਬਰ ਕੀਤੀ। ਮਾਦੀ ਜ਼ਬਾਨੀ ਤੁਹਾਨੂੰ ਦੱਸਣਗੇ ਭਾਈ ਹੋਰੀ, ਲੋਕੇਸ਼ਨ ਅੱਡਾ ਪੂੰਗਾ ਹਯਾਤ, ਤਹਿਸੀਲੋ ਜ਼ਿਲ੍ਹਾ ਪਾਕ ਪਤਨ ਸ਼ਰੀਫ। ਕਿਸੇ ਮੇਰੇ ਭਾਈ ਨੂੰ ਅੱਛੀ ਕੁਆਲਿਟੀ ਦੀ ਨੀਲੀ ਦੀ ਮੱਝ ਚਾਹੀਦੀ ਹੋਵੇ, ਸਾਡੇ ਨਾਲ ਰਾਬਤਾ ਕਰਨਾ ਜਨਾਬ। ਅਸਲਾਮ ਵਾਲੇਕੁਮ ਜੀ। ਕਿਤੋਂ ਤਸ਼ਰੀਫ ਲੈਣੇ ਅਜੀ? ਫੈਸਲਾਬਾਦ। ਫੈਸਲਾਬਾਦ ਜੀ, ਮੱਝ ਤੁਸੀਂ ਵੇਖੀ ਜਨਾਬ, ਜਿਹੜਾ ਕੁਛ ਵਿਖਾਇਆ ਉਹੀ ਹੈ? ਬਿਲਕੁਲ, ਕੋਈ ਘੱਟ ਤਾਂ ਨਹੀਂ ਜੀ? ਜੋ ਤੁਸੀਂ ਦੱਸਿਆ ਉਸ ਤੋਂ ਵੱਧ ਜੀ, ਵੱਧ ਹਜ਼ਾਰ ਦਾ ਵੀ ਝੂਠ ਨਹੀਂ। ਅੱਲਾ ਪਾਕ ਇਹਨਾਂ ਦੇ ਨਸੀਬ ਕਰੇ, ਬੜੇ ਸ਼ੌਕ ਨਾਲ ਲਈ ਹੈ ਤੇ ਭਾਈ ਵੀ ਨਾਲ ਆਏ ਨੇ। ਸਲਾਮ ਅਲੈਕੁਮ ਜੀ, ਖੁਸ਼ ਹੈਗੇ ਨੇ ਜੀ? ਮੇਰੇ ਨਾਲ ਕੀ ਨਾਮ ਹੈ? ਕਮਰ ਬਲੋਚ ਭਾਈ, ਕਮਰ ਬਲੋਚ ਸਾਹਿਬ। ਪਹਿਲੀ ਦਫਾ ਰਾਬਤਾ ਹੈ ਮੇਰੇ ਨਾਲ ਜੀ? ਪਹਿਲੀ ਦਫਾ। ਕੋਈ ਇਹ ਤਾਂ ਨੀ ਅਸੀਂ ਕਿਹਾ ਵੀ ਤੁਸੀਂ ਨੌ ਦੱਸੋ ਜਾਂ 11 ਦੱਸੋ? ਕਿੰਨੇ ਨੀ ਮਾਜ ਲੈਣੇ? 8 ਲੱਖ। ਮੁੱਲ ਕਿੰਨਾ ਕੀਤਾ ਸੀ ਮੈਂ? 9.5। 9.5। ਤੁਸੀਂ ਆਏ ਨਾ, ਤੁਹਾਡੀ ਕਦਰ ਹੋਈ ਹੈ। ਤੁਸੀਂ ਕਿਹਾ ਯੂਟਿਊਬ ਤੇ ਲੱਗੀ ਮੱਝ ਲੈਣੀ, ਉਹੀ ਮੱਝ ਹੈ? ਉਹੀ ਮੱਝ ਨੀਲੀ ਹੈ? ਨੀਲੀ ਹੈ, ਵਾਕਈ ਨੀਲੀ ਹੈ, ਵਾਕਈ ਖਤਮ ਹੋ ਗਈ? ਨਹੀਂ ਹੈ, ਰਾਜ਼ੀ ਵੀ ਨੇ ਸਾਡੇ ਤੇ, ਇੱਧਰ ਹੀ ਹੈ, ਬਿਲਕੁਲ ਹੈ। ਅੱਲਾ ਪਾਕ ਤੁਹਾਡੀ ਨਸੀਬਤ ਕਰੇ, ਭਰਾਵਾਂ ਦੀ ਨਸੀਬਤ ਕਰੇ, ਅੱਲਾ ਪਾਕ ਤੁਹਾਨੂੰ ਚੁੰਗੀ ਕਰੇ। ਕੈਮਰਾ ਮੈਂ ਮੱਝ ਵਿਖਾਓ, ਇਹ ਚੁਆਈ ਵੀ ਹੋ ਰਹੀ ਹੈ, ਮੱਝ ਦੀ ਚੁਆਈ ਹੋ ਗਈ, ਮੱਝ ਪਾਸ ਕਰਾਈ ਜਨਾਬ। ਅੱਲਾ ਪਾਕ ਦੇ ਹੁਕਮ ਦੇ ਨਾਲ ਕੰਮ ਖੜਾ, ਇਨਸ਼ਾਅੱਲਾ ਪਾਕ ਪਤਨ ਐਨੀਵਰਸਰੀ ਵੀ ਕਰਦਾ ਹੈ। ਕੋਸ਼ਿਸ਼ ਕਰੀ ਦੀ ਭਰਾਵਾਂ ਨੂੰ ਅੱਛੇ ਜਾਨਵਰ ਵਿਖਾਈਏ, ਬ੍ਰਾਂਡ ਵਿਖਾਈਏ, ਜਿਹੜੇ ਮੇਰੇ ਭਰਾ ਸ਼ੌਕ ਰੱਖਦੇ ਨੇ, ਇਨਸ਼ਾਅੱਲਾ ਕੋਸ਼ਿਸ਼ ਕਰੀ ਦੀ ਭਰਾਵਾਂ ਨੂੰ ਸ਼ੌਕ ਪੂਰਾ ਕਰਾਈਏ ਤੇ ਵੀਡੀਓ ਦੀ ਲੋਡਿੰਗ ਦੀ ਵੀ ਇਨਸ਼ਾਅੱਲਾ ਭਰਾਵਾਂ ਨੂੰ ਵਿਖਾਵਾਂਗੇ, ਮੱਝ ਵੇਖ ਲੈਣੀ ਤਸੱਲੀ ਨਾਲ ਮੇਰੇ ਭਰਾਵਾਂ। ਕੰਮ ਗੱਲਾਂ ਨਾਲ ਨਹੀਂ ਆਉਂਦਾ ਜੀ, ਮਿਹਨਤ ਕਰਨੀ ਪੈਂਦੀ, ਕੰਮ ਕਰਕੇ ਵਿਖਾਣਾ ਪੈਂਦਾ, ਖਰਾ ਕੰਮ ਇਨਸ਼ਾਅੱਲਾ। ਪਾਕ ਪਤਨ ਐਨੀਮਲਸ ਟੀਵੀ ਜਨਾਬ ਕੋਸ਼ਿਸ਼ ਕਰਦਾ ਭਰਾਵਾਂ ਨੂੰ ਅੱਛੇ ਜਾਨਵਰ ਮੁਨਾਸਬ ਰੇਟ ਤੇ ਦਿੱਤੇ ਜਾਵਣ। ਜ਼ਿਲ੍ਹਾ ਲੈਵਲ ਦੀ ਮੱਝ ਹੈ ਜਨਾਬ ਤੇ ਭਾਈ ਉਹਨੇ ਨੰਬਰ ਲੈ ਗਏ ਜਨਾਬ, ਫੈਸਲਾਬਾਦ ਦੇ ਬੰਦੇ ਨੇ ਨੰਬਰ ਲੈਣਾ ਹੁੰਦਾ। ਹਾਂ ਜੀ, ਮਲਿਕ ਸਾਹਿਬ ਨੇ ਜਨਾਬ ਇਹਨਾਂ ਨੇ ਪਾਸ ਕੀਤੀ ਮੱਝ। ਜਿੰਦਾਬਾਦ ਜਿੰਦਾਬਾਦ, ਅੱਲਾ ਪਾਕ ਤੁਹਾਡੇ ਨਸੀਬ ਕਰੇ ਭਾਈਆਂ ਦੇ ਜਨਾਬ ਤੇ। ਭਾਈ ਹੋਰੀ ਜਨਾਬ ਕੀ ਨਾਂ ਦੱਸਿਆ? ਕਮਰ ਖਾਨ ਬਲੋਚ ਭਾਈ ਹੋਰੀ, ਤੇ ਤੁਹਾਡਾ ਕੀ ਨਾਮ ਹੈ ਜੀ? ਅਬਦੁਲ ਮਜੀਦ ਭਾਈ। ਅਬਦੁਲ ਮਜੀਦ ਭਾਈ ਤੇ ਕਮਰ ਭਾਈ ਨੇ ਨੰਬਰ ਦਾ ਜਨਾਬ ਮੇਲਾ ਲੁੱਟ ਲਈ, ਅੱਲਾ ਦੇ ਹੁਕਮ ਨਾਲ ਜ਼ਿਲ੍ਹਾ ਲੈਵਲ ਦੀ ਮੱਝ ਲੈ ਕੇ ਜਾ ਰਹੇ ਨੇ ਤੇ ਫੈਸਲਾਬਾਦ ਦਾ ਬੰਦਾ ਹੀ ਮੱਝ ਨੂੰ ਸਮਝਦਾ ਹੈ, ਜਿਹੜੇ ਜ਼ਿਲ੍ਹਾ ਲੈਵਲ ਦੀ ਮੱਝਾਂ ਉਹ ਹੀ ਲੈਂਦੇ ਨੇ, ਇਹ ਹਮੇਸ਼ਾ ਦੀ ਗੱਲ ਹੈ ਤੇ ਮੇਲਿਆਂ ਵਿੱਚ ਵੀ ਫੈਸਲਾਬਾਦ ਵਾਲੇ ਜਿੱਤਦੇ ਨੇ ਹਮੇਸ਼ਾ। ਅੱਲਾ ਪਾਕ ਇਹਨਾਂ ਦੇ ਨਸੀਬ ਕਰੇ ਜਨਾਬ, ਫੈਸਲਾਬਾਦ ਜਾ ਰਹੀ ਹੈ, ਸਾਰੇ ਭਰਾਵਾਂ ਨੇ ਦੁਆ ਕਰਨੀ ਹੈ, ਕਿਸੇ ਮੇਰੇ ਭਾਈ ਨੂੰ ਜਾਨਵਰ ਚਾਹੀਦਾ ਹੋਵੇ ਜਨਾਬ ਸਾਡੇ ਨਾਲ ਰਾਬਤਾ ਕਰਨਾ ਹੈ, ਲੋਡਿੰਗ ਦੀ ਵੀਡੀਓ ਵੀ ਇਨਸ਼ਾਅੱਲਾ ਭਰਾਵਾਂ ਨੂੰ ਵਿਖਾਈ ਜਾਏਗੀ। ਲੈ ਆਓ ਜੀ ਸ਼ਹਿਜ਼ਾਦੀ ਨੂੰ, ਲੈ ਆਓ। ਲਓ ਜੀ, ਮਾਸ਼ਾਅੱਲਾ ਲੋਡਿੰਗ ਵਾਸਤੇ ਜਾ ਰਹੀ ਮੱਝ, ਜ਼ਿਲ੍ਹਾ ਲੈਵਲ ਦੀ ਅੱਲਾ ਦੇ ਹੁਕਮ ਨਾਲ ਮੱਝ ਹੈ ਜਨਾਬ, ਟੋਪ ਜ਼ਿਲ੍ਹਾ ਲੈਵਲ ਦੀ ਮੱਝ। ਭਾਈ ਕਮਰ ਖਾਨ ਬਲੋਚ ਫੈਸਲਾਬਾਦ ਤੋਂ ਜਨਾਬ ਨੰਬਰ ਲੈ ਗਏ ਨੇ, ਇਹ ਜਨਾਬ ਫੈਸਲਾਬਾਦ ਜਾ ਰਹੀ ਹੈ, ਮੇਰੇ ਭਰਾਵਾਂ ਨੇ ਦੁਆ ਕਰਨੀ, ਕਿਸੇ ਮੇਰੇ ਵੀਰ ਭਰਾ ਨੂੰ ਜਨਾਬ ਪਿਓਰ ਨੀਲੀ ਦਾ ਮਾਲ ਚਾਹੀਦਾ ਹੋਵੇ ਸਾਡੇ ਨਾਲ ਰਾਬਤਾ ਕਰਨਾ ਜਨਾਬ, ਮੱਝ ਲੋਡ ਹੋ ਗਈ, ਫੈਸਲਾਬਾਦ ਜਾ ਰਹੀ ਹੈ, ਅੱਲਾ ਪਾਕ ਖੈਰ ਸਲਾਮਤੀ ਲੈ ਜਾਵੇ ਜਨਾਬ। ਜਿਹੜੇ ਮੇਰੇ ਵੀਰ ਜਾਨਵਰ ਖਰੀਦਣਾ ਚਾਹੁੰਦੇ ਹੋ, ਬਿਲਾ ਝਿਜਕ ਸਾਡੇ ਨਾਲ ਰਾਬਤਾ ਕਰੋ ਜੀ।
ਇਨਸ਼ਾਅੱਲਾ ਭਰਾਵਾਂ ਦੇ ਇਤਮਾਦ ਤੇ ਪੂਰਾ ਉਤਰਾਂਗੇ। ਅੱਲਾਹ ਪਾਕ ਖੈਰ ਸਲਾਮਤੀ ਲੈ ਜਾਵੇ ਤੇ ਅੱਲਾਹ ਦੇ ਸਪੋਰਟ ਜਨਾਬ। ਖੁਦਾ ਹਾਫਿਜ਼।